2024 ਦੀਆਂ ਪੰਜਾਬ ਲੋਕ ਸਭਾ ਚੋਣਾਂ ਕਾਫੀ ਦਿਲਚਸਪ ਵੇਖਣ ਨੂੰ ਮਿਲੀਆਂ। ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਹਲਕਾ, ਜਿੱਥੇ ਕਿ ਆਮ ਜਨਤਾ ਦਾ ਕੀ ਕਹਿਣਾ ਹੈ, ਕਿਉਂਕਿ ਅੱਜ ਜਿਹੜੇ 5 ਵਜੇ ਤੱਕ ਜਿਹੜੇ ਸੀਗੇ ਜਿਹੜੇ ਚੋਣ ਪ੍ਰਚਾਰ ਹੋਣੇ ਸੀਗੇ ਉਹ ਜਿਹੜੇ ਹੋ ਚੁੱਕੇ ਨੇ। ਹੁਣ ਜਿਹੜੀ ਹੈ ਸਿੱਧਾ 1 ਤਰੀਕ ਨੂੰ ਜਿਹੜੀਆਂ ਲੋਕ ਜਿਹੜੀ ਹੈ ਆਮ ਜਨਤਾ ਜਿਹੜੀ ਹੈ ਵੋਟ ਪਾਉਣ ਜਾਏਗੀ, ਅਤੇ 4 ਤਰੀਕ ਨੂੰ 4 ਜੂਨ ਨੂੰ ਜਿਹੜੇ ਇਹਦੇ ਜਿਹੜੇ ਰਿਜ਼ਲਟ ਆਉਣਗੇ ਅਤੇ ਆਪਾਂ ਆਮ ਜਨਤਾ ਨਾਲ ਗੱਲਬਾਤ ਕਰਾਂਗੇ। ਅਤੇ ਅੱਜ ਆਪਾਂ ਪਹੁੰਚੇ ਹਾਂ ਕੰਪਨੀ ਬਾਗ ਵਿੱਚ, ਜਿੱਥੇ ਆਪਾਂ ਆਮ ਜਨਤਾ ਤੋਂ ਪੁੱਛਾਂਗੇ ਉਹਨਾਂ ਦਾ ਕੀ ਕਹਿਣਾ ਹੈ, ਕਿਸ ਜਿਹੜੀ ਹੈ ਉਮੀਦਵਾਰ ਨੂੰ ਉਹ ਚੁਣਨਗੇ, ਅਤੇ ਜਿਹੜੀ ਖਾਸ ਕਰਕੇ ਜਿਹੜੀ ਹੈ ਹਰ ਜਿਹੜੀ ਖਾਸ ਕਰਕੇ ਜਦੋਂ ਅੰਮ੍ਰਿਤਸਰ ਦੀ ਗੱਲ ਕਰਦੇ ਤਾਂ ਅੰਮ੍ਰਿਤਸਰ ਦੇ ਕਿਹੜੇ ਜਿਹੜੇ ਨੇ ਮੁੱਦੇ ਨੇ ਜਿਹੜੇ ਉਹਨਾਂ ਦੀ ਆਵਾਜ਼ ਉਠਾਉਣਾ ਚਾਹੁੰਦੇ ਨੇ। ਸੋ ਆਪਾਂ ਆਮ ਜਨਤਾ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ ਕੰਪਨੀ ਬਾਗ, ਤੋਂ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ। ਸਰ ਤੁਹਾਡਾ ਕੀ ਕਹਿਣਾ ਹੈ ਕਿ ਹੁਣ ਜਿਹੜੀ ਹੈ ਜਿਹੜੇ ਲੋਕ ਸਭਾ ਚੁਣਾਵ ਨੂੰ ਲੈ ਕੇ ਜਿਹੜੀ ਚੋਣ ਪ੍ਰਚਾਰ ਹੁੰਦੇ ਸੀਗੇ ਹੁਣ ਅੱਜ ਉਹ ਖਤਮ ਹੋ ਗਏ ਨੇ, ਅਤੇ ਹੁਣ ਜਿਹੜੀ 1 ਤਰੀਕ ਨੂੰ ਖਾਸ ਕਰਕੇ ਜਿਹੜੀ ਆ ਹਰ ਜਨਤਾ ਜਿਹੜੀ ਹੈ ਵੋਟ ਪਾਉਣ ਜਾਏਗੀ, ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਸਾਲ ਦੇ ਜਿਹੜੇ ਹੈ ਲੋਕ ਜਿਹੜੇ ਲੋਕ ਸਭਾ ਚੋਣਾਂ ਵਾਸਤੇ ਕਿਹੜੇ ਕਿਹੜੇ ਉਮੀਦਵਾਰ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਕਿਹਨੂੰ ਤੁਸੀਂ ਵੋਟ ਪਾਓਗੇ? ਔਜਲਾ ਸਾਹਿਬ ਨੂੰ, ਕਿਉਂਕਿ ਬੇਟਾ ਸਾਰੇ ਬਦਲਾਵ ਚਾਹੁੰਦੇ ਨੇ, ਪ੍ਰਧਾਨ ਮੰਤਰੀ ਨਵਾਂ ਹੀ ਆਉਣਾ ਚਾਹੀਦਾ, ਵੇਖੀਏ ਕੀ ਕਰਦਾ ਅੱਗੋਂ ਉਹ ਵੀ। ਠੀਕ ਹੈ, 2 ਜਣੇ ਚਾਹੀਦੇ ਨੇ ਇੱਥੇ, 2 ਮੰਤਰੀ ਹੋਰ ਚਾਹੀਦੇ ਨੇ, ਕਹਿ ਦੀ ਉੱਥੇ ਇੱਕ ਭੁੱਖ ਮੰਤਰੀ ਇੱਕ ਦੁੱਖ ਮੰਤਰੀ, ਲੋਕੀ ਬੜੇ ਦੁਖੀ ਨੇ। ਕੀ ਦੁੱਖ ਮਤਲਬ? ਘਰ 'ਚ 6 ਬੰਦੇ ਹੈਗੇ ਨੇ, 4 ਘਰ ਹੀ ਬੈਠੇ ਹੋਏ ਨੇ, ਉਹ ਪੁਰਾਣੇ ਸਿਸਟਮ ਵਾਲਾ ਹਿਸਾਬ, 1 ਕਮਾਵੇ ਅਤੇ 6 ਖਾਵੇ, ਮਹਿੰਗਾਈ ਬਹੁਤ ਜ਼ਿਆਦਾ, ਟੂ ਮੱਚ। ਇਹੋ ਹੀ ਸਰਕਾਰ ਕੋਈ ਸੈਟਿੰਗ ਕਰ ਦਿੰਦੀ, ਬੱਚਿਆਂ ਦੀ ਨੌਕਰੀਆਂ ਦੇ ਦਿੰਦੀ, ਸਾਰਾ ਪਰਿਵਾਰ ਲੱਗੇ ਹੋਣਾ ਸੀ, ਇਸ ਟਾਈਮ ਨਹੀਂ, ਨਥਿੰਗ। ਉਹ ਪਿਛਲੇ ਜ਼ਮਾਨੇ ਵਾਲੇ ਚੱਲਦਾ ਪਿਆ ਹਿਸਾਬ, 1 ਕਮਾਵੇ 6 ਖਾਣ, ਚਾਹੀਦਾ 6 ਕਮਾਣ, ਉਹ ਘਰ ਸੌਖਾ, ਨਹੀਂ ਤਾਂ ਔਖਾ ਹੀ ਔਖਾ। ਜਿਸ ਤਰ੍ਹਾਂ ਤੂੰ ਵੇ ਕਿੱਡੀ ਲਾਇਕ ਬੱਚਾ ਨਿਕਲੇ, ਇਹੋ ਹੀ ਘਰ ਬਹਿ ਜਾਏ ਤਾਂ ਕੀ ਹਿਸਾਬ ਹੋਵੇ। ਨਵਾਂ ਬੰਦਾ ਆਉਣਾ ਚਾਹੀਦਾ, ਨਵਾਂ ਪ੍ਰਧਾਨ ਮੰਤਰੀ ਨਵਾਂ ਆਉਣਾ ਚਾਹੀਦਾ, ਉਹਨੂੰ ਤਾਂ ਜਾ ਕਹਿੰਦਾ ਮੈਂ ਮਹਾਤਮਾ ਗਾਂਧੀ ਨਹੀਂ ਜਾਣਦਾ, ਹੈਂ? ਤੂੰ ਜਾਣਦੀ ਮਹਾਤਮਾ ਗਾਂਧੀ ਨੂੰ? ਹਾਂਜੀ, ਪੜ੍ਹਿਆ ਹੋਇਆ, ਮਤਲਬ ਪੜ੍ਹਿਆ। ਉਹ 36 ਵਾਰੀ ਉੱਥੇ ਜਾਂਦਾ ਲੀਡਰਾਂ ਨਾਲ ਮੱਥਾ ਟੇਕਣ, ਉਹ ਕਹਿੰਦਾ ਮੈਂ ਜਾਣਦਾ ਹੀ ਨਹੀਂ ਮਹਾਤਮਾ ਗਾਂਧੀ ਕੌਣ ਹੈਗਾ, ਕੌਣ ਕਹਿੰਦਾ? ਮੋਦੀ ਸਾਹਿਬ, ਉਹਨੂੰ ਕੋਈ ਆਪਣਾ ਆਪ ਜਾਣਨਾ ਕੌਣ ਹੈਗਾ, ਬਾਕੀ ਇੱਧਰ ਆ ਜਾ, ਹੁਣ ਹੋ ਗਿਆ ਮੇਰਾ ਕੰਮ, ਹੋਰ ਵੀ ਆਮ ਜਨਤਾ ਨਾਲ ਗੱਲਬਾਤ ਕਰਾਂਗੇ। ਸੋ ਸਰ, ਤੁਸੀਂ ਕਿਹਨੂੰ ਵੋਟ ਪਾਓਗੇ ਇਸ ਸਾਲ, ਜਿਹੜੀ ਲੋਕ ਜਿਹੜੇ ਚੋਣ ਪ੍ਰਚਾਰ ਜਿਹੜੇ ਉਹ ਖਤਮ ਹੋ ਚੁੱਕੇ ਨੇ, ਹੈ ਨਾ, ਅਤੇ ਤੁਸੀਂ ਕਿਹਨੂੰ ਉਮੀਦਵਾਰ ਚੁਣੋਗੇ? ਮੈਂ ਤਾਂ ਮੋਦੀ ਨੂੰ। ਮੋਦੀ ਨੂੰ? ਮੋਦੀ ਭਗਤ? ਕਿਉਂ? ਕਿਉਂਕਿ ਸਾਡਾ ਮਤਲਬ ਉਹ ਆਪਣਾ ਵੈਸੇ ਮਨ ਹੀ ਕਰਦਾ ਮੋਦੀ ਨੂੰ ਵੋਟ ਪਾਉਣ, ਪਰ ਉਹ ਤਾਂ ਕਹਿ ਰਹੇ ਨੇ, ਮਤਲਬ ਗੱਲ ਛੱਡ, ਮੈਂ ਇਹਨਾਂ ਅਸੀਂ ਆਪੇ, ਸਾਡਾ ਪਿਆਰ ਬੜਾ, ਪਰ ਤੁਹਾਡਾ ਪਿਆਰ ਵੀ ਹੈਗਾ, ਦੋਸਤ ਬੜਾ ਪੱਕਾ। ਸੋ ਤੁਸੀਂ ਜਿਹੜੀ ਹੈ ਮੋਦੀ ਜੀ ਨੂੰ ਪਾਉਣਾ ਚਾਹੁੰਦੇ ਹੋ, ਮਤਲਬ ਕਿਉਂ, ਕਿ ਕਾਰਨ ਕੀ ਨੇ? ਮੰਗਲ ਸੂਤਰ ਬਚਾਉਣਾ, ਸਾਰਿਆਂ ਦਾ ਧਿਆਨ ਰੱਖਣਾ ਇਹਨੇ ਕਿ ਮੰਗਲ ਸੂਤਰ ਦਾ ਕੀ ਹਾਲ ਹੈ। ਸੋ ਆਪਾਂ ਹੋਰ ਵੀ ਆਮ ਜਨਤਾ ਨਾਲ ਗੱਲਬਾਤ ਕਰਦੇ ਹਾਂ, ਜੋ ਕਿ ਕੰਪਨੀ ਬਾਗ 'ਚ ਜਿਹੜੇ ਇਸ ਵਾਰ ਜਿਹੜੀ ਹੈ। ਜੀ ਸਰ, ਗਰਮੀ ਤੋਂ ਰਾਹਤ ਮਿਲ ਰਹੀ ਹੈ, ਮੌਸਮ ਥੋੜ੍ਹਾ ਠੀਕ ਲੱਗ ਰਿਹਾ, ਮੌਸਮ ਵਧੀਆ, ਅਤੇ ਕੀ ਕਹਿਣਾ ਚਾਹੋਗੇ, ਜਿਹੜੇ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਨੇ, 1 ਤਰੀਕ ਨੂੰ ਵੋਟਾਂ ਪਾਉਣ ਜਾ ਰਹੇ ਹੋ ਤੁਸੀਂ ਵੈਸੇ? ਹਾਂਜੀ ਬਿਲਕੁਲ ਜੀ, ਜਾਵਾਂਗੇ। ਅਤੇ ਕਿਹਨੂੰ ਇਸ ਵਾਰ ਚੁਣੋਗੇ ਆਪਣਾ ਉਮੀਦਵਾਰ? ਦੇਖੋ, ਅਸੀਂ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਹੈਗੇ ਹਾਂ, ਤਾਂ ਹਾਂਜੀ ਭਾਰਤੀ ਜਨਤਾ ਪਾਰਟੀ, ਤਰਨਜੀਤ ਸਿੰਘ ਜੀ ਨੂੰ ਵੋਟ ਪਾਵਾਂਗੇ, ਕਿਉਂਕਿ ਸੈਂਟਰ 'ਚ ਸਰਕਾਰ
ਮੋਦੀ ਜੀ ਦੀ ਹੈ ਤੇ ਇੱਥੇ ਵੀ ਸਾਨੂੰ ਚਾਹੀਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਆਪਾਂ ਤਰਨਜੀਤ ਸੰਧੂ ਜੀ ਨੂੰ ਜਿਤਾਈਏ ਤਾਂ ਜੋ ਵੱਡੇ ਵੱਡੇ ਪ੍ਰੋਜੈਕਟ ਅੰਮ੍ਰਿਤਸਰ ਵੀ ਆਉਣ ਤੇ ਲੋਕਾਂ ਦਾ ਰੁਝਾਅ ਵੀ ਇਹੀ ਹੈ ਕਿ ਬੀਜੇਪੀ ਨੂੰ ਵੋਟ ਪਾਈ ਜਾਵੇ, ਆਮ ਜਨਤਾ ਦੀ ਜਿਹੜੀ ਆਵਾਜ਼ ਸੁਣੀ ਜਾਏਗੀ ਉਹਨਾਂ ਦੀ ਬਿਲਕੁਲ ਬਿਲਕੁਲ ਸੁਣੀ ਜਾਏਗੀ, ਕਿਉਂ ਨਹੀਂ ਸੁਣੀ ਜਾਏਗੀ, ਜੇ ਸੈਂਟਰ ਦੇ ਵਿੱਚ ਸਰਕਾਰ ਜੇ ਸੈਂਟਰ ਦੇ ਵਿੱਚ ਸਰਕਾਰ ਹੋਏਗੀ ਤਾਂ ਫਿਰ ਇੱਥੇ ਜ਼ਰੂਰ ਸੁਣੀ ਜਾਏਗੀ, ਜੇ ਇੱਥੋਂ ਆਪਾਂ ਤਰਨਜੀਤ ਸੰਧੂ ਜੀ ਨੂੰ ਜਿਤਾਵਾਂਗੇ ਤਾਂ ਫਿਰ ਸੈਂਟਰ ਦੇ ਵਿੱਚੋਂ ਸਾਨੂੰ ਆਪਾਂ ਕੁਛ ਨਾ ਕੁਛ ਲੈ ਕੇ ਆ ਸਕਦੇ ਹਾਂ, ਫੰਡ ਲੈ ਕੇ ਆ ਸਕਦੇ ਹਾਂ, ਨਹੀਂ ਤਾਂ ਨਹੀਂ ਬਿਲਕੁਲ ਨਹੀਂ ਹੋਏਗਾ। ਉਹ ਤੁਸੀਂ ਕੀ ਕਹਿਣਾ ਚਾਹੋਗੇ? ਅਨਿਲ ਜੋਸ਼ੀ ਜੀ ਉਹਨੇ ਬਹੁਤ ਵਿਕਾਸ ਸਾਡੇ ਸ਼ਹਿਰ ਦਾ ਕੀਤਾ, ਉਹਨੂੰ ਪਾਵਾਂਗੇ, ਉਹਨੂੰ MP ਸੈਂਟਰ 'ਚ ਭੇਜਾਂਗੇ। ਪਰ ਕਿਉਂ? ਉਹ ਕੰਮ ਬਹੁਤ ਵਧੀਆ ਕੀਤੇ ਜੀ ਉਹਨੇ, ਸਾਡੇ ਕਿਹੜੇ ਕਿਹੜੇ ਕੰਪਨੀ ਵਾਲਾ ਸਾਰਾ ਸੁਧਾਰ ਉਹਨਾਂ ਨੇ ਕੀਤਾ, ਆਹ ਨਾਲਾ ਉਹਨਾਂ ਨੇ ਬੰਦ ਕਰਾਇਆ, ਜਿੰਨਾ ਵੀ ਆ ਜੋ ਸੀਵਰ ਉਹਨਾਂ ਪਵਾਇਆ ਕਲੋਨੀਆਂ ਦੇ ਵਿੱਚ, ਉਹਨਾਂ ਜਿੰਨਾ ਕਿਸੇ ਵੀ ਅੱਜ ਤੱਕ ਸਾਡੇ ਕਿਸੇ MLA ਸ਼ਹਿਰ 'ਚ ਕੰਮ ਨਹੀਂ ਕਰਾਇਆ, ਜੋ MLA ਹੁੰਦਾ ਇਹ ਕੰਮ ਕਰਾ ਸਕਦੇ, MP ਹੁੰਦੇ ਆਪੇ ਹੋਰ ਕੰਮ ਵਧੀਆ ਕਰਾਉਣਗੇ। ਸੋ ਹਰ ਇੱਕ ਦੀ ਆਪਣੇ ਆਪਣੇ ਰਾਏ ਹੈ, ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਕੋਈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣਾ ਚਾਹੁੰਦਾ, ਕੋਈ ਜਿਹੜਾ ਅਨਿਲ ਜੋਸ਼ੀ ਜੀ ਨੂੰ ਵੋਟ ਪਾਉਣਾ ਚਾਹੁੰਦੇ ਨੇ, ਤਾਂ ਅਲੱਗ ਅਲੱਗ ਜਿਹੜੇ ਵਿਚਾਰ ਨੇ। ਸੋ ਸਰ ਤੁਸੀਂ ਕਿਹਨੂੰ ਵੋਟ ਪਾਓਗੇ? ਕਾਂਗਰਸ ਨੂੰ। ਕਾਂਗਰਸ ਨੂੰ ਕਿਉਂ? ਇਹ ਝੂਠੀ ਪਾਰਟੀ ਹੈ। ਕਿਹੜੀ? 15-15 ਆਪਕੇ ਅਕਾਊਂਟ ਮੇ ਡਾਲੇਂਗੇ। ਕਿਹੜੀ ਕਿਹੜੀ ਝੂਠੀ ਪਾਰਟੀ? ਬੀਜੇਪੀ। ਬੀਜੇਪੀ ਝੂਠੀ ਪਾਰਟੀ? ਝੂਠੀ ਪਾਰਟੀ। ਇਹਨਾਂ ਕਿਸਕੇ ਖਾਤੇ ਮੇ 15 ਲੱਖ ਡਾਲਾ? ਡਾਲਾ ਹੈ? ਨਹੀਂ ਡਾਲਾ ਹੈ, ਪੁੱਛੋ ਹਿੰਦੁਸਤਾਨ ਤੇ ਕਿਸੇ ਕੇ ਬੱਲੇ ਡਾਲਾ ਹੈ। ਤਾਂ ਕਾਂਗਰਸ ਤੋਂ ਕੀ ਉਮੀਦ ਹੈ, ਕੀ ਉਹ ਕਰੇਗੀ? ਕਾਂਗਰਸ ਨੇ 70 ਸਾਲ ਕੁਰਬਾਨੀ ਦਿੱਤੀ ਹੈ। ਕਿਹੜੀ? ਗੋਲੀਆਂ ਖਾਧੀਆਂ ਛਾਤੀ 'ਤੇ ਹਿੰਦੁਸਤਾਨ ਦੇ ਵਿੱਚ, ਉਹਨਾਂ ਦੀ ਕੁਰਬਾਨੀ ਵਰਗੀ ਕੁਰਬਾਨੀ ਹਿੰਦੁਸਤਾਨ ਦੇ ਵਿੱਚ ਕਿਸੇ ਦੀ ਨਹੀਂ ਹੈਗੀ। ਹੈ ਕੁਰਬਾਨੀ? ਬਤਾਓ ਪ੍ਰੈਸ ਵਾਲੋ, ਤੁਸੀਂ ਦੱਸ ਰਹੇ ਹੋ, ਤੁਸੀਂ ਦੱਸ ਰਹੇ ਹੋ, ਹੈ ਨਹੀਂ ਕੁਰਬਾਨੀ? ਦੇਸ਼ ਨੂੰ ਆਜ਼ਾਦ ਕਿੰਨੇ ਕਰਾਇਆ? 70 ਸਾਲ ਦੇਸ਼ ਨੂੰ ਲੁੱਟ ਕੇ ਖਾਧਾ ਕਾਂਗਰਸੀਆਂ ਨੇ, ਬੁਰਾ ਹਾਲ ਕੀਤਾ ਦੇਸ਼ ਦਾ, ਅਤੇ 70 ਸਾਲ ਹੋ ਗਏ ਆ, 60 ਸਾਲ ਰਾਜ ਕੀਤਾ, ਬਿਲਕੁਲ 70 ਸਾਲ ਦੇਸ਼ ਨੂੰ ਲੁੱਟਿਆ ਕਾਂਗਰਸ ਨੇ, ਹੋਰ ਕੁਛ ਨਹੀਂ ਕੀਤਾ। ਰਹਿ ਸਕਦਾ ਸੀ ਪੰਜਾਬ ਦੇ ਵਿੱਚ? ਅੱਜ ਹਿੰਦੂ ਜਿੰਦੇ ਆ ਨਾ, ਔਰ ਹਿੰਦੂ ਪੰਜਾਬ 'ਚ ਰਹਿੰਦਾ ਸੀ, ਕੋਈ ਕਿੰਨੀ ਸ਼ਹਾਦਤ ਆ। ਅੱਜ ਉਹ ਕਹਿੰਦੇ ਸ਼ਹਿਜ਼ਾਦੇ, ਉਹ ਕਹਿੰਦਾ ਮੈਂ ਸ਼ਹਿਜ਼ਾਦਾ ਨਹੀਂ, ਇੱਕ ਮੈਂ ਬਨੈਣ ਪਾਈ ਹੈ, ਇੱਕ ਮੈਂ ਪੈਂਟ ਪਾਈ ਹੈ। 4000 ਕਿਲੋਮੀਟਰ ਉਹਨੇ ਸਫ਼ਰ ਕੀਤਾ ਰਾਹੁਲ ਗਾਂਧੀ ਨੇ, ਇਹ ਮੋਦੀ ਜੀ 4.5 ਲੱਖ ਦਾ ਉਹ ਜੇ ਕਹਿੰਦੇ ਹਮ ਚਾਏ ਵੇਚਣੇ ਵਾਲੇ ਹਾਂ, 4.5 ਲੱਖ ਦਾ ਕੁੜਤਾ ਪਜਾਮਾ ਪਾਉਂਦੇ ਨੇ, ਉਹ ਕਿੱਥੋਂ ਆ ਗਿਆ ਜੀ? ਸੋ ਦਰਸ਼ਕੋ ਤੁਹਾਨੂੰ ਦੱਸਿਆ ਕਿ ਹਰ ਇੱਕ ਦੀ ਆਪਣੀ ਆਪਣੀ ਰਾਏ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ, ਜਿਹੜੀ ਕੰਪਨੀ ਬਾਗ ਵਿੱਚ ਇਸ ਵਕਤ ਜਿਹੜੇ ਮੌਜੂਦ ਆ। ਸੋ ਸਰ ਤੁਸੀਂ ਕੀ ਕਹਿਣਾ ਚਾਹੋਗੇ, ਕਿਹਨੂੰ ਵੋਟ? ਸੋ ਆਮ ਹੋਰ ਵੀ ਜਨਤਾ ਨਾਲ ਗੱਲਬਾਤ ਕਰਦੇ ਹਾਂ, ਸਰ ਤੁਸੀਂ ਕਿਹਨੂੰ ਇਸ ਵਾਰ ਕਿਹਨੂੰ ਵੋਟ ਪਾਉਣਗੇ? ਆਪਾਂ ਅੱਗੇ ਚੱਲਦੇ ਹਾਂ ਕਿ ਕੀ ਕਹਿੰਦੇ ਨੇ ਲੋਕ ਜਿਹੜੇ ਨੇ ਕਿ ਇਸ ਵਾਰ ਕਿਸ ਨੂੰ ਕਿੱਥੇ ਵੋਟ ਪਏਗੀ, ਅਤੇ ਇਸ ਵਾਰ ਜਿਹੜੇ ਅੰਮ੍ਰਿਤਸਰ 'ਚ ਵੇਖਿਆ ਜਾ ਰਿਹਾ 4 ਜਿਹੜੇ ਨੇ, ਖਾਸ ਕਰਕੇ ਜਿਹੜੀ ਇਹਨਾਂ ਵਿੱਚ ਜਿਹੜੀ ਹੈ ਜਿਹੜੀ ਪੂਰੀ ਚੱਲ ਰਹੀ ਹੈ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ। ਸੋ ਆਪਾਂ ਆਮ ਜਨਤਾ ਨਾਲ ਹੋਰ ਵੀ ਗੱਲਬਾਤ ਕਰਾਂਗੇ, ਅਤੇ ਆਮ ਜਨਤਾ ਦੀ ਕੀ ਕਹਿਣਾ ਵੈ ਇਸ ਸਾਲ ਦੇ ਲੋਕ ਸਭਾ ਚੋਣ ਨੂੰ ਲੈ ਕੇ। ਸੋ ਆਪਾਂ ਚੱਲਦੇ ਹਾਂ ਕੰਪਨੀ ਬਾਗ ਦੇ ਹੋਰ ਜਿਹੜੇ ਅੱਗੇ ਗੱਲਬਾਤ ਕਰਨ। ਸੋ ਜਿਹੜੇ ਵੀ ਜਿਹੜੇ ਆਪਸ 'ਚ ਜਿਹੜੀ ਗੱਲਬਾਤ ਕਰ ਰਹੇ, ਜਿਹੜੀ ਇਹ ਸਾਰੇ ਵੋਟ ਜਿਹੜੀ ਹਰ ਇੱਕ ਦੀ ਆਪਣੀ ਚੋਇਸ ਹੈ, ਹਰ ਇੱਕ ਆਪਣੇ ਜਿਹੜੇ ਆਪਣੇ ਵੱਲੋਂ ਜਿਹੜੀ ਉਮੀਦਵਾਰ ਚੰਗੇ ਉਮੀਦਵਾਰ ਦੀ ਉਮੀਦ ਕਰਦਾ ਵੈ, ਸੋ ਉਹਨਾਂ ਨੂੰ ਵੋਟ ਪਾਉਣਾ ਚਾਹੁੰਦਾ। ਆਪਾਂ ਹੋਰ ਗੱਲਬਾਤ ਕਰਦੇ ਹਾਂ ਕੁਛ ਜਿਹੜੀ ਜਨਤਾ ਨਾਲ, ਆਮ ਜਨਤਾ ਨਾਲ। ਸੋ ਇੱਥੇ ਜਿਹੜੇ ਹੈ ਹੋਰ ਵੀ ਜਨਤਾ ਨਾਲ ਗੱਲਬਾਤ ਕਰਕੇ ਸਾਨੂੰ ਪਤਾ ਲੱਗੇਗਾ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਸ ਵਾਰ ਜਿਹੜੀਆਂ ਲੋਕ ਸਭਾ ਚੋਣ ਜਿਹੜੀਆਂ ਆ ਗਈਆਂ ਨੇ, ਤਾਂ ਇਸ ਵਾਰ ਤੁਸੀਂ ਵੀ ਵੋਟ ਪਾਉਣ ਜਾਣੀ ਹੋਏਗੀ। ਸੋ ਕਿਹਨੂੰ ਵੋਟ ਪਾਓਗੇ ਤੁਸੀਂ ਇਸ ਵਾਰ? ਕਿਹੜਾ ਜਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਕਿ ਅੰਮ੍ਰਿਤਸਰ ਦੇ ਜੋਸ਼ੀ? ਕਿਉਂ? ਉਹ ਬਹੁਤ ਅੱਛਾ ਕੰਮ ਕਰਾ, ਹਮਾਰੇ ਬੜਾ ਅੱਛਾ ਕਰਾ ਜੋਸ਼ੀ ਨੇ, ਮੁਹੱਲਾ ਬਣਾ ਦਿਆ, ਪਟਰੀ ਹੈ ਬਣਾ ਦੀ, ਜੋਸ਼ੀ ਇਹ ਨੰਬਰ ਮੇ ਹੈ।
ਵੈਸੇ ਜਿਹੜੀਆਂ ਮੈਂ ਅੰਮ੍ਰਿਤਸਰ 'ਚ ਕਿਹੜੀਆਂ ਜਿਹੜੀਆਂ ਤੁਹਾਨੂੰ ਦਿੱਕਤਾਂ ਆਈਆਂ ਸੀਗੀਆਂ ਜਿਹੜੀਆਂ ਜੋਸ਼ੀ ਸਾਹਿਬ ਨੇ ਪੂਰੀਆਂ ਠੀਕ ਕੀਤੀਆਂ ਹੋਣ? ਇਹ ਮੈਡਮ ਜੀ ਇਹ ਸੋਚ ਕੇ ਬਤਾਏਗੇ। ਹਾਂਜੀ ਸੋਚ, ਹਾਂ ਇਹ ਸੋਚ ਕੇ ਬਤਾਏਗੇ। ਜਿੱਦਾਂ ਕਿ ਗਲੀਆਂ ਬਣਾਈਆਂ ਹੋਣ ਜਾਂ ਘਰ, ਮਤਲਬ ਕੀ ਕੰਮ ਕੀਤਾ? ਇਹ ਮਾਹੌਲ ਵਿਗੜਾ ਹੋਇਆ, ਮੈਂ ਸਿੱਧੇ ਹੀ ਕਹਿਤਾ ਮਾਹੌਲ ਵਿਗੜਾ ਹੋਇਆ। ਇਹ ਜਿਹੜਾ ਪਾਰਟੀ ਮੈਂ ਆ ਜਾਏਗਾ ਨਾ ਉਹ ਮਾਹੌਲ ਸਿੱਧਾ ਹੋ ਜਾਏਗਾ, ਜੋਸ਼ੀ ਆਏਗਾ। ਸਰ ਤੁਸੀਂ ਕੀ ਕਹਿਣਾ ਚਾਹੋਗੇ, ਕਿਹਨੂੰ ਵੋਟ ਪਾਓਗੇ ਇਸ ਸਾਲ? ਸੋ ਆਪਾਂ ਅੱਗੇ ਜਾਂਦੇ ਹਾਂ, ਸਰ ਤੁਸੀਂ ਦੱਸੋ ਕਿਉਂ, ਕਿਹਨੂੰ ਵੋਟ ਪਾਓਗੇ ਇਸ ਸਾਲ? ਮੈਂ ਜੀ ਭਾਰਤੀ ਜਨਤਾ ਪਾਰਟੀ ਕੈਂਡੀਡੇਟ ਨੂੰ ਪਾਵਾਂਗਾ ਜੀ। ਕਿਉਂਕਿ ਜੇਕਰ ਅੰਮ੍ਰਿਤਸਰ ਵਿਕਾਸ ਚਾਹੀਦਾ ਤਾਂ ਸੈਂਟਰ ਨਾਲ ਮਿਲ ਕੇ ਚੱਲਣਾ ਪੈਣਾ ਹੈਗਾ, ਤਾਂ ਸੈਂਟਰ ਗੌਰਮੈਂਟ 'ਚ ਭਾਰਤੀ ਜਨਤਾ ਪਾਰਟੀ ਆ ਰਹੀ ਹੈ। ਤੁਹਾਨੂੰ ਲੱਗਦਾ ਕਿ ਸਾਡੀ ਆਵਾਜ਼ ਸੁਣੀ ਜਾਏਗੀ? 100%, ਕਿਉਂਕਿ ਜੇ ਕੈਂਡੀਡੇਟ ਹੈ ਅੰਮ੍ਰਿਤਸਰ ਦਾ ਉਹ ਪ੍ਰਧਾਨ ਮੰਤਰੀ ਆ, ਬਹੁਤ ਫੇਵਰੇਟ ਹੈਗਾ, ਉਹਨਾਂ ਕਹਿਣ 'ਤੇ ਇੱਥੇ ਖਲੋਤਾ ਹੈਗਾ ਜੀ। ਤੁਹਾਨੂੰ ਲੱਗਦਾ ਤਰਨਜੀਤ ਸੰਧੂਪੁਰੀ ਮਤਲਬ ਕਰਨਗੇ ਆਪਣੇ ਵੱਲੋਂ ਵਧੀਆ? 100% ਉਹ ਅੰਮ੍ਰਿਤਸਰ ਦਾ ਵਿਕਾਸ ਕਰਨਗੇ, ਔਰ ਪੰਜਾਬੀ ਪੁਰਾਣੇ ਹੈਗੇ ਆ, ਉਹਨਾਂ ਖਾਨਦਾਨ ਜੋ ਪੰਜਾਬੀ ਹੈਗਾ ਔਰ ਪੜ੍ਹਿਆ ਲਿਖਿਆ ਖਾਨਦਾਨ ਹੈਗਾ ਜੀ, ਇਸ ਕਾਰਨ ਵਿਕਾਸ ਹੋਏਗਾ ਹੋਏਗਾ ਜੀ। ਬਿਲਕੁਲ ਦਰਸ਼ਕੋ, ਸੋ ਹਰ ਇੱਕ ਦੀ ਆਪਣੀ ਆਪਣੀ ਰਾਏ, ਅਲੱਗ ਅਲੱਗ ਰਾਏ ਵੇਖਣ ਨੂੰ ਮਿਲੀ। ਸੋ ਜਿਹੜੀ ਇੱਥੇ ਜਿਹੜੀ ਜਨਤਾ ਨਾਲ ਆਪਾਂ ਗੱਲਬਾਤ ਕੀਤੀ ਕਿਸ ਤਰ੍ਹਾਂ ਜਨਤਾ ਜਿਹੜੀ ਹੈ ਵੱਖ ਵੱਖ ਸੋਚ ਦੀ ਜਿਹੜੀ ਹੈ ਉਹ ਜਿਹੜੀ ਆਪਣੀ ਆਪਣੀ ਸੋਚ ਨਾਲ ਜਿਹੜੀ ਇੱਥੇ ਵੋਟ ਪਾਉਣ ਬਾਰੇ ਸੋਚ ਰਹੀ ਹੈ। ਸੋ ਫਿਰ ਕਿਹਨੂੰ ਵੋਟ ਪਾਓਗੇ? ਔਜਲੇ ਨੂੰ। ਔਜਲੇ ਨੂੰ ਕਿਉਂ? ਕਿਉਂਕਿ ਵਧੀਆ ਬੰਦਾ, ਵਧੀਆ ਵਧੀਆ ਬੰਦਾ। ਹਾਂ ਉਹ ਤੁਸੀਂ ਸਰ ਇਸ ਸਾਲ ਕਿਸ ਨੂੰ ਵੋਟ ਪਾਓਗੇ? ਦੇਖੋ ਜੀ ਅਸੀਂ ਤਾਂ ਸਰਕਾਰੀ ਮੁਲਾਜ਼ਮ ਹਾਂ, ਜਿੱਥੇ ਸਰਕਾਰ ਕਹੂਗੀ ਉੱਥੇ ਪਾਵਾਂਗੇ। ਅੱਛਾ ਹਾਂਜੀ। ਸੋ ਜਿਹੜੀ ਹੋਰ ਵੀ ਜਨਤਾ ਨਾਲ ਗੱਲਬਾਤ ਕਰਦੇ, ਸਰ ਤੁਸੀਂ ਕਿਹਨੂੰ ਵੋਟ ਪਾਓਗੇ? ਅਸੀਂ ਤੁਹਾਨੂੰ ਪਾ ਦਾਂਗੇ। ਮੈਂ ਕੜੀ ਹੁੰਦੀ ਤਾਂ ਮੈਨੂੰ ਪਾ ਦਿੰਦੇ, ਮੈਂ ਤਾਂ ਜੇ ਬੱਚੀ। ਅਸੀਂ ਪਾਓਗੇ ਆਮ ਪਾਰਟੀ, ਆਮ ਆਦਮੀ ਪਾਰਟੀ ਨੂੰ। ਬਿਲਕੁਲ। ਕਿਉਂ, ਕੀ ਕਾਰਨ? ਉਹਨਾਂ ਨੇ ਬੜੀਆਂ ਸਹੂਲਤਾਂ ਦਿੱਤੀਆਂ ਗਵਰਨਮੈਂਟ ਪਬਲਿਕ ਨੂੰ। ਇਹ ਥੋੜ੍ਹੀਆਂ ਜਿਹੀਆਂ ਸਹੂਲਤਾਂ ਗਿਣਾ ਦਿਓ। ਜਿੱਥੋਂ ਯੂਨ ਮਾਫ, ਦਵਾਈ ਮਾਫ, ਹਰ ਬੰਦੀ ਅੱਜ ਦੀ ਸੁਣਦੇ ਆ, ਬੱਸਾਂ ਵੀ ਮਾਫ, ਵਧੀਆ ਕੰਮ ਕਰ ਰਹੀ ਆ, ਕਰੂਗੀ ਵੀ। ਆਪਾਂ ਠੋਕੇ ਵੋਟ ਪਾਵਾਂਗੇ ਵੀ ਤੇ ਪਾਵਾਂਗੇ ਵੀ। ਆਮ ਜਨਤਾ ਪਾਰਟੀ ਨੂੰ ਤੁਸੀਂ ਸਰ ਕਿਹਨੂੰ ਪਾਓਗੇ? ਆਮ ਆਦਮੀ ਪਾਰਟੀ। ਤੁਸੀਂ ਵੀ ਆਮ ਆਦਮੀ? ਬਿਲਕੁਲ ਜ਼ਰੂਰ ਅਸੀਂ ਪਾਵਾਂਗੇ, ਉਹੀ ਕਾਰਨ ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਤੇ ਆ, ਬੜੇ ਵਧੀਆ ਨੌਕਰੀਆਂ ਦਵਾਈਆਂ, ਪੈਸੇ ਤੋਂ ਬਗੈਰ ਦਵਾਈਆਂ, ਫਿਰ ਕਿਸੇ ਕੋਲ ਪੈਸਾ ਨਹੀਂ ਲਿਆ, ਸਾਰੇ ਵੱਡੀ ਸ਼ਰਦੇ ਆ, ਕਿਸੇ ਕੋਲ ਪੈਸਾ ਨਹੀਂ ਲਿਆ। ਮੇਰੇ ਦੋ ਲੜਕਾ ਲੜਕੀ ਆ ਮੇਰੇ, ਬਿਲਕੁਲ ਹੋਇਆ, ਹਾਂ ਬਿਲਕੁਲ ਵਧੀਆ ਨੌਕਰੀਆਂ ਦਵਾਈਆਂ ਉਹਨਾਂ ਨੇ। ਬਿਨਾਂ ਪੈਸੇ ਤੋਂ ਕਿਸੇ ਦਾ ਕੰਮ ਨਹੀਂ ਹੋ ਰਿਹਾ, ਪਰ ਇਸ ਪਾਰਟੀ ਵਾਲੇ ਜਿਹੜੇ ਨੌਕਰੀ ਬੱਚਿਆਂ ਨੂੰ ਮਿਲੀਆਂ, ਪੰਜਾਂ ਪੈਸੇ ਕੋਈ ਭਾਈਵਾਲ ਨਹੀਂ ਹੈਗਾ, ਲਿਆਕਤ ਵਾਲੇ ਬੱਚੇ ਨੌਕਰੀ ਮਿਲੀ ਆ, ਜਿਹਦੇ ਸਿਕਿਉਰਟੀ ਬਣਦੀ ਅਤੇ ਵੋਟਾਂ ਦੇ ਹੱਕ ਤਾਂ ਪੱਕੇ ਹੈਗੇ, ਪਾਵਾਂਗੇ ਵੀ, ਪਾਵਾਂਗੇ ਵੀ। ਸੋ ਹਰ ਇੱਕ ਜਿਹੜੇ ਜਨਤਾ ਦਾ ਵੱਖ ਵੱਖ ਜਿਹੜਾ ਵੈ ਵਿਊ ਹੈ ਕਿ ਕਿਸ ਨੂੰ ਇਸ ਸਾਲ ਜਿਹੜੇ ਆ ਵੋਟਾਂ ਵਾਸਤੇ ਚੁਣਿਆ ਜਾਏਗਾ। ਸੋ ਜਨਤਾ ਦੀ ਜਿਹੜੀ ਹੈ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਅਤੇ ਇਸ ਸਾਲ ਜਿਹੜੇ ਨੇ ਸਾਨੂੰ ਪਤਾ ਕਿ ਅੰਮ੍ਰਿਤਸਰ ਤੋਂ ਜਿਹੜੇ 4 ਕੈਂਡੀਡੇਟ ਨੇ, ਚਾਰੋਂ ਹੀ ਬੜੇ ਮਾਹਿਰ ਨੇ। ਸੋ ਅਲੱਗ ਅਲੱਗ ਜਨਤਾ ਦਾ ਅਲੱਗ ਅਲੱਗ ਜਿਹੜੀ ਉਮੀਦਵਾਰ 'ਤੇ ਹੈ ਕਿ ਉਮੀਦਾਂ ਨੇ ਕਿ ਉਹ ਚੰਗੇ ਜਿਹੜੇ ਉਮੀਦਵਾਰ ਨੂੰ ਚੁਣਨ ਅਤੇ ਆਪਣੇ ਪੰਜਾਬ ਦਾ ਜਿਹੜਾ ਚੰਗਾ ਭਵਿੱਖ ਬਣਾਉਣ। ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀਪ ਦੇ ਨਾਲ ਮੈਂ ਸੁਣੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ।